ਡਰਾਈਵਰ ਆ ਉਹਨਾਂ ਨੂੰ ਪਤਾ ਜਾਤੀ ਕਰਨਾ ਬਾਲਾ ਸਾਹਿਬ ਸਾਨੂੰ ਅੱਜ ਜੇ ਅਸੀਂ ਤੇ ਇਕੱਠੇ ਹੋਏ ਹਾਂ ਕੱਟ ਹੋਏ ਹਾਂ ਐਸਟੀਸੀ ਟੈਕਸ ਲਾਇਆ ਸਾਨੂੰ ਪਤਾ ਲੱਗਾ ਸਾਰਿਆਂ ਦੱਸਤਾ ਪਰ ਇਹ ਹੋਇਆ ਕਿੱਦਾਂ ਕਾਰਨ ਕੀ ਸੀ ਜਿਹੜੇ ਇਸ ਵੇਲੇ ਜੱਜ ਸੀਗੇ ਇੱਥੇ ਉਹ ਕੌਣ ਸੀਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜ ਹਨ ਚਾਰ ਸੌ 88 ਜੱਜ ਸਿਰਫ ਜਨਰਲ ਦੇ ਆ ਜਿਹੜੇ ਜਨਰਲ ਦੇ ਜੱਜ ਹੋਗੇ ਉਹ ਸਾਡੇ ਹੱਕ ਦੀ ਗੱਲ ਨਹੀਂ ਕਰ ਪਾਉਗੇ ਜਿਹਦੇ ਵਿੱਚ 266 ਜਨਰਲ ਦੇ ਆ ਏਬੀਸੀ ਦੇ 36 ਆ ਐਸਸੀ ਦੇ 5 ਸਿਰਫ ਐਸਸੀ ਦਾ ਸਾਡਾ ਭਾਈਚਾਰਾ ਉਹਦੇ 14 ਜੱਜ ਆ ਜੇ ਸਾਡੇ ਪਤਕ ਜੱਜੇ ਨਹੀਂ ਹੋਣੇ ਤੇ ਸਾਡੀ ਗੱਲ ਨਹੀਂ ਹੋਣੀ ਇਹ ਕਾਹਦਾ ਨਹੀਂ ਹੋਇਆ ਇਸ ਕਰਕੇ ਵੀ ਹੋਇਆ ਕਿ ਮੋਦੀ ਸਰਕਾਰ ਨੇ ਪਿੱਛੇ ਜੇ ਸਾਡੇ ਇੱਕ ਟੀਕਾ ਲਾਇਆ ਸੀ ਜਿਹੜੀ ਸਾਡੀ 30% ਰਿਜ਼ਰਵੇਸ਼ਨ ਸੀਗੀ ਨਾ ਉਹ ਖਤਮ ਕਰਤੀ ਸਾਨੂੰ ਪਤਾ ਹੀ ਨਹੀਂ ਦਿੱਤਾ ਇਹ ਸਾਡੇ ਦੂਜਾ ਟੀਕਾ ਲਾਇਆ ਕੀ ਆ ਸਾਨੂੰ ਪਤਾ ਲੱਗ ਗਿਆ ਅਸੀਂ ਇਕੱਠੇ ਹੋ ਰਹੇ ਆ ਇਹ ਸਾਡੇ ਦੂਜਾ ਟੀਕਾ ਇਹ ਲਾਉਣਾ ਕਿ ਸਾਡੇ ਕਹਿੰਦੇ ਸਾਡੀ ਵੱਲ ਚੱਕ ਲੈਂਦੇ ਐਸਸੀ ਆ ਸਾਡੀ ਰਿਜ਼ਰਵੇਸ਼ਨ ਦਿੱਤੀ ਜਾਵੇ ਉਹ ਵੀ ਖਤਮ ਕਰ ਦੇਣੇ ਆ ਪਰ ਇਹ ਗੱਲ ਹੈਗੀ ਜੇ ਅਸੀਂ ਨਾ ਬਹੁਤ ਸਾਰੇ ਦੁਬੰਦੇ ਇੱਦਾਂ ਦੇ ਆ ਉਹ ਸਾਡੀ ਵੱਲ ਤੱਕ ਸੀਮਤ ਆ ਚਲੋ ਲੋੜ ਪੈਂਦੀ ਨਾ ਅਸੀਂ ਜਾਣਾ ਹੋਰ ਦੇਖੋ ਦਾ ਟਾਈਮ ਹੈਗੀ ਏਦਾਂ ਨਾ ਕਰੋ ਬਾਬਾ ਸਾਹਿਬ ਨੇ ਸਾਨੂੰ ਬਹੁਤ ਕੁਝ ਦਿੱਤਾ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਅਸੀਂ ਆਪਣੇ ਪਰਿਵਾਰ ਅਜੇ ਸਭ ਤੋਂ ਇਕੱਠੇ ਹੋਏ ਹਾਂ ਤੇ ਅਸੀਂ ਆਪਣੇ ਕਰਦੇ ਆਪਣੇ ਨਿਆਣੇ ਲੈਣਾ ਆਪਣੇ ਬੱਚੇ ਨੂੰ ਲੜਦੇ ਹਾਂ ਕਿਉਂਕਿ ਉਹ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਰਿਜ਼ਰਵੇਸ਼ਨ ਦੇਵੋ ਜੇ ਕੋਈ ਸ਼ਾਮੇ ਇੱਥੇ ਆਓ ਸ਼ਾਮੇ ਰੱਖੀਏ ਇੱਥੇ ਦਰੀ ਨੂੰ ਹੋਰ ਕੀ ਇਹਨਾਂ ਨੇ ਨਾ ਐਸਸੀ ਟੈਕਸ ਖਤਮ ਕਰਕੇ ਜੋ ਕੁਛ ਸਭ ਜਨਰਲ ਨੂੰ ਕਰਨਾ ਸਾਨੂੰ ਖਤਮ ਕਰ ਦੇਣਾ ਮੰਤਰੀ ਛਾਤਰੀ ਬਣਨਾ ਨਾ ਟੱਪੂ ਪੈਣਾ ਇਹ ਚਾਹੁੰਦਾ ਸੀ ਆਰ ਐਸ ਦਾ ਸੁਧਾਨ ਪਾਈਏ ਡਾਕਟਰ ਮੇਰ ਦਾ ਸੁਧਾਨ ਹੀ ਖਤਮ ਕਰ ਦੇਣਾ ਜੇ ਡਾਕਟਰ ਮੇਰ ਦਾ ਸੁਧਾਨ ਖਤਮ ਕਰ ਦਿੱਤਾ ਇਹਨੂੰ ਸਾਨੂੰ ਕੱਖ ਨੂੰ ਦੇਣਾ ਮੇਰੇ ਵੀਰੋ ਇਹਦੀ ਬੀਜੇਪੀ ਆ ਇਹਨੂੰ ਬੀਜੇਪੀ ਨੂੰ ਵੋਟ ਨਹੀਂ ਪਾਉਣੀ ਇਹ ਜਿਹੜੇ ਆਰ ਐਸ ਐਸ ਵਾਲੇ ਹੈਗੇ ਨੇ ਇਹ ਨਿਕਲਾ ਪਾ ਰਹੇ ਆ ਉਹ ਸਾਹਮਣੇ ਸਾਡੇ ਐਂਟੀ ਆ ਉਹ ਸਾਡੇ ਹੱਕ ਨਹੀਂ ਹੋ ਸਕਦੇ ਵੋਟ ਲੈਣੇ ਜੂਰ ਆ ਕੇ ਮਿਲਣੇ ਆ ਸਾਡੇ ਸਾਹਮਣਾ ਸਰ ਆਏ ਵੋਟਾਂ ਲੈਣੀਆਂ ਉੱਠ ਕੇ ਨਜ਼ਰ ਨਹੀਂ ਆਏ ਸਾਡੇ ਸਾਹਮਣਾ ਸਰ ਆਏ ਵੋਟਾਂ ਲੈਣੀਆਂ ਉੱਠ ਕੇ ਨਜ਼ਰ ਨਹੀਂ ਆਏ ਇਹ ਜਿਹੜਾ ਸਾਨੂੰ ਇਹਨੂੰ ਸੰਘਰਸ਼ ਕਰਨਾ ਪੈਣਾ ਜੇ ਅਸੀਂ ਨਹੀਂ ਕਰਦੇ ਤੇ ਪ੍ਰਾਣਾ ਸਾਨੂੰ ਆਉਣੀ ਇੰਨਾ ਹੀ ਕਹਿੰਦਾ ਕਿਉਂ ਜਾ ਚੜਾ ਕਿਉਂਕਿ ਬਹੁਤ ਜ਼ਿਆਦਾ ਬੋਲ ਹੈ ਜੈ ਭੀਮ ਜੈ ਭੀਮ ਜੈ ਭਾਰਤ ਸਾਡੇ ਦਰਮਿਆਨ ਜੈ ਭੀਮ ਜੈ ਭਾਰਤ ਸਾਡੇ ਦਰਮਿਆਨ ਸੰਤ ਮਨਜੀਤ ਰਾਮ ਜੀ ਬਿਸ਼ੋਈ ਵਾਲੇ ਪਹੁੰਚੇ ਆ ਮਨਜੀਤ ਮਨਜੀਤ ਦਾਸ ਜੀ ਅਸੀਂ ਉਹਨਾਂ ਨੂੰ ਇੱਥੇ ਆਇਆਂ ਦੇ ਬੈਲ ਕੰਮ ਕਹਿੰਦੇ ਹਾਂ ਔਰ ਜਿੰਨੇ ਵੀ ਸੰਤ ਸਮਾਜ ਤੋਂ ਮਹਾਂਪੁਰਸ਼ ਇੱਥੇ ਪਹੁੰਚੇ ਆ ਸਾਡੇ ਸੰਤ ਪਵਨ ਕੁਮਾਰ ਜੀ ਹੋਰ ਵੀ ਜਿਹੜੀਆਂ ਜਿਹੜੀਆਂ ਸੰਸਥਾਵਾਂ ਤੋਂ ਸਾਡੇ ਸੰਤ ਮਹਾਂਪੁਰਸ਼ ਪਹੁੰਚੇ ਹੋਏ ਬੈਲ ਕੰਮ ਜੀ ਜਿੰਨੇ ਵੀ ਨੌਜਵਾਨ ਸਭਾਵਾਂ ਉਹਨਾਂ ਨਾਲ ਬੈਲ ਕੰਮ ਕਰਦੇ ਆ ਤੇ ਹੁਣ ਮੈਂ ਬੇਨਤੀ ਕਰੂੰਗਾ ਸੰਤ ਮਨਜੀਤ ਰਾਮ ਜੀ ਬਿਸ਼ੋਈ ਵਾਲੇ ਉਹ ਆ ਕੇ 5 ਮਿੰਟ ਲਈ ਸੰਬੋਧਨ ਕਰ 5 ਮਿੰਟ ਲਈ ਮਨਜੀਤ ਰਾਮ ਜੀ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇ ਰਹੀ ਹੈ ਉਹਨਾਂ ਦਾ ਸਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਅੱਜ ਸਾਡੇ ਸਮਾਜ ਨੂੰ ਖਤਮ ਕਰਨ ਲਈ ਜੋ ਵੀ ਪਹਿਰਾ ਦੇ ਰਹੀ ਹੈ ਜਿੰਦਾਬਾਦ ਜਿੰਦਾਬਾਦ
ਇਸੇ ਤਰ੍ਹਾਂ ਰੂਮ ਮਾਰ ਕੇ ਸਾਡੀਆਂ ਸੰਸਥਾਵਾਂ ਦੇ ਮੇਰੇ ਨੌਜਵਾਨ ਵੀਰ ਇੱਥੇ ਬਹੁਤ ਵੱਡੇ ਇਲਾਕੇ ਦੇ ਵਿੱਚ ਪਹੁੰਚੇ ਹੋਏ ਨੇ, ਅਸੀਂ ਗੱਲ ਕੰਮ ਕਰਦੇ ਹਾਂ, ਪਲੀਜ਼ ਸਟੇਜ ਦੀ ਕਾਰਵਾਈ ਚੱਲ ਰਹੀ, ਆਓ ਅੰਦਰ ਸੁਹਿਰਦ ਹੋ ਜੀ, ਔਰ ਆਪਣੇ ਨੌਜਵਾਨ ਵੀਰਾਂ ਦੇ ਜਿਹੜੀ ਸੰਸਥਾ ਤੋਂ ਆਏ ਆ ਨਾਲ ਲਿਖ ਕੇ ਸਾਨੂੰ ਸਟੇਜ ਤੇ ਭੇਜ ਦਿਓ ਤੇ ਅਸੀਂ ਹਾਂ ਨਾਲ ਖਾ ਲਿਓ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਵੈਲਕਮ। ਹੁਣ ਸਾਡੇ ਬੁਲਾਰੇ ਬੋਲ ਰਹੇ ਆ, ਅਸੀਂ ਪਲੀਜ਼ ਚੁੱਪ ਦਾ ਤੁਹਾਨੂੰ ਦੱਸ ਦਿਓ। ਹਾਂ ਮਾਲਪੁਰ ਤੋਂ ਜਿੰਨੇ ਵੀ ਨੌਜਵਾਨ ਵੀਰ ਆ ਇਹਨਾਂ ਨੂੰ ਵੈਲਕਮ ਜੀ। ਹਾਂਜੀ ਬਾਬਾ ਮਨਜੀਤ ਦਾਸ ਜੀ ਵਿਸ਼ੇਸ਼ ਜਿਹੜੇ ਵੀਰ ਸਾਡੇ ਮਾਲਪੁਰ ਤੋਂ ਪਹੁੰਚ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਸੰਤ ਸਮਾਜ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹਾਂ ਜੀ। ਸੋ ਭਾਈ ਇਹ ਜਿਹੜੀਆਂ ਸਰਕਾਰਾਂ ਸਾਡੇ ਨਾਲ ਛੇੜਛਾੜ ਕਰਦੀਆਂ ਨੇ, ਸਾਰੇ ਬੁਲਾਰਿਆਂ ਨੇ ਇਹ ਕਿਹਾ ਹੈ ਕਿ ਉਹ ਸਾਡੀਆਂ ਕੁਝ ਨਹੀਂ ਲੱਗਦੀਆਂ, ਇਹ ਗੱਲ ਠੀਕ ਹੈ ਜੀ। ਜਿਹੜਾ ਕੋਈ ਸਾਡੇ ਵਿੱਚੋਂ ਵੀ ਬਣ ਕੇ ਗਿਆ ਉਹ ਸਾਡੀ ਨਹੀਂ ਗੱਲ ਕਰਦਾ, ਦੁਬਾਰਾ ਅਸੀਂ ਉਹਨੂੰ ਮੌਕਾ ਨਹੀਂ ਦਿਆਂਗੇ। ਉਹ ਸਾਡਾ ਸੰਤ ਸਮਾਜ ਮਿਲ ਕਰਕੇ ਵਾਅਦਾ ਕਰਦਾ ਹੈ, ਭਲੇ ਸਾਡੇ ਵਿੱਚੋਂ ਕਿਉਂ ਨਹੀਂ, ਜਦਕਿ ਅਸੀਂ ਉਹਨਾਂ ਨੂੰ ਇੱਥੋਂ ਬਣਾ ਕੇ ਭੇਜਦੇ ਹਾਂ ਸਾਡੀ ਗੱਲ ਵਾਸਤੇ, ਉਹ ਜਾ ਕੇ ਉਹਨਾਂ ਨਾਲ ਮਿਲ ਕੇ ਹੱਥ ਮਿਲਾ ਲੈਂਦਾ ਹੈ ਕੁਝ ਪੈਸਿਆਂ ਲਈ, ਕੁਝ ਘਰਾਂ ਕੋਠੀਆਂ ਲਈ ਆਪਣੀਆਂ ਗੱਲਾਂ ਦੱਸਦੇ ਆ। ਸਾਡੇ ਸਮਾਜ ਦੀ ਇੱਥੇ ਜਾ ਕੇ ਜਿਹੜਾ ਨਹੀਂ ਗੱਲ ਕਰਦਾ ਉਹ ਸਾਡਾ ਇੱਥੋਂ ਕੁਝ ਨਹੀਂ ਲੱਗਦਾ। ਭਾਈ ਅਸੀਂ ਇਹ ਗੱਲ ਦਾਅਵੇ ਨਾਲ ਕਹਿੰਦੇ ਹਾਂ ਕਿ ਜਿਹੜਾ ਇਹ ਸਾਡੇ ਸੰਵਿਧਾਨ ਨਾਲ ਛੇੜਛਾੜ ਕੀਤੀ ਆ, ਜੇ ਅੱਜ ਵੀ ਉਸਤੇ ਸਾਡੇ ਲਈ ਫੈਸਲਾ ਨਹੀਂ ਕੀਤਾ, ਉਹ ਇਹ ਸੰਘਰਸ਼ ਇਸ ਤੋਂ ਵੀ ਵੱਡਾ ਕਰਾਂਗੇ ਔਰ ਕੱਲ੍ਹ ਵੀ ਇਹ ਜਾਰੀ ਰਹੇਗਾ। ਇਹ ਗੌਰਮੈਂਟ ਇਹ ਸਰਕਾਰੀ ਅਫਸਰ ਇਹ ਜਾਣ ਲੈਣ, ਇਹ ਨਹੀਂ ਕਿ ਅੱਜ ਹੀ ਅਸੀਂ ਕਰਕੇ ਘਰਾਂ ਨੂੰ ਵਾਪਸ ਚਲੇ ਜਾਣਾ, ਇਹ ਗੱਲ ਦਿਲ ਤੋਂ ਕਰ ਦੇਣਾ। ਅਸੀਂ ਇਹ ਦਾਅਵੇ ਨਾਲ ਕਹਿੰਦੇ ਹਾਂ ਕਿ ਜਿੰਨਾ ਚਿਰ ਇਸ ਕਾਨੂੰਨ ਦੇ ਨਾਲ ਛੇੜਛਾੜ ਬੰਦ ਨਹੀਂ ਕੀਤੀ ਜਾਵੇ